ਤੁਹਾਨੂੰ ਪਤਾ ਹੈ ਸਾਡੇ ਰਿਸ਼ਤੇ ਬਾਰੇ ਕਾਫੀ ਦੇਰ ਗੱਲਬਾਤ ਕਰਨ ਅਤੇ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਹੁਣ ਸਾਨੂੰ ਆਪਣੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ। ਮੈਂ ਇਸ ਸਿੱਟੇ 'ਤੇ ਪਹੁੰਚਿਆ ਹਾਂ ਕਿ ਮੈਂ ਜਿਵੇਂ ਤੁਹਾਡੇ ਬਾਰੇ ਮਹਿਸੂਸ ਕਰਦਾ ਹਾਂ, ਆਪਣੇ ਪਿਆਰ ਅਤੇ ਦੋਸਤੀ ਬਾਰੇ ਵਿਚਾਰ ਰੱਖਦਾ ਹਾਂ, ਇਹਨਾਂ ਵਿਚਾਰਾਂ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰਾਂ। ਹਾਂ, ਪਰ ਸਮਾਂ ਉਹ ਹੈ ਜੋ ਸਾਡੀ ਜ਼ਿੰਦਗੀ 'ਤੇ ਆਪਣਾ ਨਿਯੰਤਰਣ ਜ਼ਰੂਰ ਰੱਖਦਾ ਹੈ।